ਬਾਬੂਸ਼ੇ ਟਾਈਮ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਬਿਕਰਮਜੀਤ ਸਿੰਘ। ਸੋ ਨਵਾਂ ਕਾਨੂੰਨ ਹਿੱਟ ਐਂਡ ਰਨ ਦੇ ਵਿਰੁੱਧ ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਜਾ ਰਹੀ ਹੈ। ਇਸ ਹੜਤਾਲ ਦਾ ਅਸਰ ਤੁਸੀਂ ਵੇਖ ਰਹੇ ਹੋ ਪਟਿਆਲਾ ਦੇ ਪੈਟਰੋਲ ਪੰਪਾਂ 'ਤੇ। ਇੱਕ ਤਰ੍ਹਾਂ ਦੀ ਹਾਹਾਕਾਰ ਹਫੜਾ ਦਫੜੀ ਮੱਚ ਚੁੱਕੀ ਹੈ ਵੀ ਤੇਲ ਪਾਉਣ ਦੇ ਲਈ ਇਹ ਹਰ ਵਿਅਕਤੀ ਇੱਕ ਦੂਜੇ ਤੋਂ ਕਾਹਲਾ ਨਜ਼ਰ ਆ ਰਿਹਾ। ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਕਿੱਦਾਂ ਪੈਟਰੋਲ ਪੰਪਾਂ ਦੇ ਉੱਪਰ ਲਾਈਨਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਆਪਣੀਆਂ ਆਪਣੀਆਂ ਜਿਹੜੀਆਂ ਟੈਂਕੀਆਂ ਨੇ ਪੈਟਰੋਲ ਦੇ ਨਾਲ ਫੁੱਲ ਕਰਾਈਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਵੀ ਸਿੱਧੀਆਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਵੇਖ ਰਹੇ ਹੋ ਵੀ ਕਿੰਨਾ ਰਸ਼ ਪਟਿਆਲਾ ਸ਼ਹਿਰ ਦੇ ਪੰਪਾਂ ਦੇ ਉੱਪਰ ਪੈ ਚੁੱਕਾ ਹੈ। ਲੰਬੀਆਂ ਲਾਈਨਾਂ ਪਟਿਆਲਾ ਦੇ ਵਿੱਚ ਲੱਗ ਚੁੱਕੀਆਂ ਨੇ ਕਿਉਂਕਿ ਇਸ ਹੜਤਾਲ ਦੇ ਚੱਲਦਿਆਂ ਜਿਹੜੇ ਟਰੱਕ ਡਰਾਈਵਰ ਨੇ ਹੋਰ ਨੇ ਸ਼ਾਮ ਤੱਕ ਜਿਹੜੀ ਸਪਲਾਈ ਜਿਹੜੀ ਨਾ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ। ਜਿਹੜੇ ਆਮ ਲੋਕ ਨੇ ਆਪਣੇ ਜਿਨ੍ਹਾਂ ਨੇ ਕੰਮਾਂ ਕਾਰਾਂ ਲਈ ਨਿਕਲਣਾ ਜਾਂ ਉਹਨਾਂ ਨੇ ਆਪਣੇ ਸਾਧਨਾਂ ਦੀ ਵਰਤੋਂ ਕਰਨੀ ਹੈ, ਸੋ ਅਡਵਾਂਸ ਹੀ ਆਪਣਾ ਜਿਹੜਾ ਹੈਗਾ ਉਹ ਤੁਸੀਂ ਵੇਖ ਰਹੇ ਹੋ ਵੀ ਲੰਬੀਆਂ ਲਾਈਨਾਂ ਜਿਹੜੀਆਂ ਨੇ ਪਟਿਆਲਾ ਦੇ ਵਿੱਚ ਲੱਗ ਚੁੱਕੀਆਂ ਨੇ। ਪੈਟਰੋਲ ਪੰਪ 'ਤੇ ਸਾਰੇ ਹੀ ਪਟਿਆਲਾ ਦੇ ਜਿੰਨੇ ਵੀ ਪੰਪ ਨੇ ਉਹਨਾਂ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ। ਬਾਬੂਸ਼ੇ ਟਾਈਮ 'ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਬਿਕਰਮਜੀਤ ਸਿੰਘ। ਸੋ ਨਵਾਂ ਕਾਨੂੰਨ ਹਿੱਟ ਐਂਡ ਰਨ ਦੇ ਵਿਰੁੱਧ ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਜਾ ਰਹੀ ਹੈ। ਇਸ ਹੜਤਾਲ ਦਾ ਅਸਰ ਤੁਸੀਂ ਵੇਖ ਰਹੇ ਹੋ ਪਟਿਆਲਾ ਦੇ ਪੈਟਰੋਲ ਪੰਪਾਂ 'ਤੇ। ਇੱਕ ਤਰ੍ਹਾਂ ਦੀ ਹਾਹਾਕਾਰ ਹਫੜਾ ਦਫੜੀ ਮੱਚ ਚੁੱਕੀ ਹੈ ਵੀ ਤੇਲ ਪਾਉਣ ਦੇ ਲਈ ਇਹ ਹਰ ਵਿਅਕਤੀ ਇੱਕ ਦੂਜੇ ਤੋਂ ਕਾਹਲਾ ਨਜ਼ਰ ਆ ਰਿਹਾ। ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਕਿੱਦਾਂ ਪੈਟਰੋਲ ਪੰਪਾਂ ਦੇ ਉੱਪਰ ਲਾਈਨਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਆਪਣੀਆਂ ਆਪਣੀਆਂ ਜਿਹੜੀਆਂ ਟੈਂਕੀਆਂ ਨੇ ਪੈਟਰੋਲ ਦੇ ਨਾਲ ਫੁੱਲ ਕਰਾਈਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਵੀ ਸਿੱਧੀਆਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਵੇਖ ਰਹੇ ਹੋ ਵੀ ਕਿੰਨਾ ਰਸ਼ ਪਟਿਆਲਾ ਸ਼ਹਿਰ ਦੇ ਪੰਪਾਂ ਦੇ ਉੱਪਰ ਪੈ ਚੁੱਕਾ ਹੈ। ਲੰਬੀਆਂ ਲਾਈਨਾਂ ਪਟਿਆਲਾ ਦੇ ਵਿੱਚ ਲੱਗ ਚੁੱਕੀਆਂ ਨੇ ਕਿਉਂਕਿ ਇਸ ਹੜਤਾਲ ਦੇ ਚੱਲਦਿਆਂ ਜਿਹੜੇ ਟਰੱਕ ਡਰਾਈਵਰ ਨੇ ਹੋਰ ਨੇ ਸ਼ਾਮ ਤੱਕ ਜਿਹੜੀ ਸਪਲਾਈ ਜਿਹੜੀ ਨਾ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ। ਜਿਹੜੇ ਆਮ ਲੋਕ ਨੇ ਆਪਣੇ ਜਿਨ੍ਹਾਂ ਨੇ ਕੰਮਾਂ ਕਾਰਾਂ ਲਈ ਨਿਕਲਣਾ ਜਾਂ ਉਹਨਾਂ ਨੇ ਆਪਣੇ ਸਾਧਨਾਂ ਦੀ ਵਰਤੋਂ ਕਰਨੀ ਹੈ, ਸੋ ਅਡਵਾਂਸ ਹੀ ਆਪਣਾ ਜਿਹੜਾ ਹੈਗਾ ਉਹ ਤੁਸੀਂ ਵੇਖ ਰਹੇ ਹੋ ਵੀ ਲੰਬੀਆਂ ਲਾਈਨਾਂ ਜਿਹੜੀਆਂ ਨੇ ਪਟਿਆਲਾ ਦੇ ਵਿੱਚ ਲੱਗ ਚੁੱਕੀਆਂ ਨੇ। ਪੈਟਰੋਲ ਪੰਪ 'ਤੇ ਸਾਰੇ ਹੀ ਪਟਿਆਲਾ ਦੇ ਜਿੰਨੇ ਵੀ ਪੰਪ ਨੇ ਉਹਨਾਂ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ। ਬਾਬੂਸ਼ੇ ਟਾਈਮ 'ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਬਿਕਰਮਜੀਤ ਸਿੰਘ। ਸੋ ਨਵਾਂ ਕਾਨੂੰਨ ਹਿੱਟ ਐਂਡ ਰਨ ਦੇ ਵਿਰੁੱਧ ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਜਾ ਰਹੀ ਹੈ। ਇਸ ਹੜਤਾਲ ਦਾ ਅਸਰ ਤੁਸੀਂ ਵੇਖ ਰਹੇ ਹੋ ਪਟਿਆਲਾ ਦੇ ਪੈਟਰੋਲ ਪੰਪਾਂ 'ਤੇ। ਇੱਕ ਤਰ੍ਹਾਂ ਦੀ ਹਾਹਾਕਾਰ ਹਫੜਾ ਦਫੜੀ ਮੱਚ ਚੁੱਕੀ ਹੈ ਵੀ ਤੇਲ ਪਾਉਣ ਦੇ ਲਈ ਇਹ ਹਰ ਵਿਅਕਤੀ ਇੱਕ ਦੂਜੇ ਤੋਂ ਕਾਹਲਾ ਨਜ਼ਰ ਆ ਰਿਹਾ। ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਕਿੱਦਾਂ ਪੈਟਰੋਲ ਪੰਪਾਂ ਦੇ ਉੱਪਰ ਲਾਈਨਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਆਪਣੀਆਂ ਆਪਣੀਆਂ ਜਿਹੜੀਆਂ ਟੈਂਕੀਆਂ ਨੇ ਪੈਟਰੋਲ ਦੇ ਨਾਲ ਫੁੱਲ ਕਰਾਈਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਵੀ ਸਿੱਧੀਆਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਵੇਖ ਰਹੇ ਹੋ ਵੀ ਕਿੰਨਾ ਰਸ਼ ਪਟਿਆਲਾ ਸ਼ਹਿਰ ਦੇ ਪੰਪਾਂ ਦੇ ਉੱਪਰ ਪੈ ਚੁੱਕਾ ਹੈ। ਲੰਬੀਆਂ ਲਾਈਨਾਂ ਪਟਿਆਲਾ ਦੇ ਵਿੱਚ ਲੱਗ ਚੁੱਕੀਆਂ ਨੇ ਕਿਉਂਕਿ ਇਸ ਹੜਤਾਲ ਦੇ ਚੱਲਦਿਆਂ ਜਿਹੜੇ ਟਰੱਕ ਡਰਾਈਵਰ ਨੇ ਹੋਰ ਨੇ ਸ਼ਾਮ ਤੱਕ ਜਿਹੜੀ ਸਪਲਾਈ ਜਿਹੜੀ ਨਾ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ। ਜਿਹੜੇ ਆਮ ਲੋਕ ਨੇ ਆਪਣੇ ਜਿਨ੍ਹਾਂ ਨੇ ਕੰਮਾਂ ਕਾਰਾਂ ਲਈ ਨਿਕਲਣਾ ਜਾਂ ਉਹਨਾਂ ਨੇ ਆਪਣੇ ਸਾਧਨਾਂ ਦੀ ਵਰਤੋਂ ਕਰਨੀ ਹੈ, ਸੋ ਅਡਵਾਂਸ ਹੀ ਆਪਣਾ ਜਿਹੜਾ ਹੈਗਾ ਉਹ ਤੁਸੀਂ
ਵੇਖ ਰਹੇ ਹੋ ਵੀ ਲੰਬੀਆਂ ਲਾਈਨਾਂ ਜਿਹੜੀਆਂ ਨੇ ਪਟਿਆਲਾ ਦੇ ਵਿੱਚ ਲੱਗ ਚੁੱਕੀਆਂ ਨੇ ਪੈਟਰੋਲ ਪੰਪ 'ਤੇ। ਸਾਰੇ ਹੀ ਪਟਿਆਲਾ ਦੇ ਜਿੰਨੇ ਵੀ ਪੰਪ ਨੇ ਉਹਨਾਂ ਵਿੱਚ ਤੇਲ ਪਾਉਣ ਲਈ ਹਫੜਾ ਤਫੜੀ ਮਚੀ ਹੋਈ ਹੈ।